ਲੋਕਾਂ ਦੇ ਮਾਣੂਕੇ ਕਲਾ 'ਚ ਪਏ ਭੜਤੂ ਦਾ ਸੇਖ ਹੁਣ ਦਿਨ ਪਰ ਦਿਨ ਵਧਣ ਲੱਗ ਪਿਆ ਏ। ਤੇ ਦੂਸਰੇ ਪਾਸੇ ਦੋ ਭੈਣਾਂ ਨੂੰ ਸ਼ਰੇਆਮ ਗੋਲੀਆਂ ਮਾਰਨ ਵਾਲਾ ਸ਼ਖਸ ਵੀ ਪੁਲਿਸ ਹਿਰਾਸਤ ਵਿੱਚ ਹੈ। ਪਰ ਇਸ ਮਾਮਲੇ 'ਚ ਹੁਣ ਨਵਾਂ ਮੋੜ ਆ ਗਿਆ ਏ, ਜਿਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਏ। ਦਰਅਸਲ ਬੀਤੇ ਦਿਨੀ ਪਿੰਡ ਸ਼ੇਖਾਂ ਖੁਰਦ ਦੀਆਂ ਰਹਿਣ ਵਾਲੀਆਂ ਦੋ ਸਕੀਆਂ ਭੈਣਾਂ ਦਾ ਜਦੋਂ ਅੰਤਿਮ ਸੰਸਕਾਰ ਕੀਤਾ ਜਾਣਾ ਸੀ ਤਾਂ ਪਰਿਵਾਰ ਵਾਲਿਆਂ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ ਅਤੇ ਜਿਹੜੇ ਕਾਰਨ ਸਾਹਮਣੇ ਆਏ ਉਹਨਾਂ ਨੇ ਇਸ ਕੇਸ ਨੂੰ ਹੋਰ ਵੀ ਗੰਭੀਰ ਕਰ ਦਿੱਤਾ ਹੈ। ਜਿੱਥੇ ਮ੍ਰਿਤਕ ਕੁੜੀਆਂ ਦੀ ਮਾਂ ਦੇ ਬਿਆਨ ਤੁਹਾਨੂੰ ਵੀ ਦੋ ਵਾਰ ਸੋਚਣ ਤੇ ਮਜਬੂਰ ਕਰ ਦੇਣਗੇ। ਸਾਨੂੰ ਅਰੈਸਟ ਵਾਰੰਟ ਚਾਹੀਦੇ ਜੀ ਪਿਓ ਪੁੱਤਾਂ ਦੇ, ਇੱਕ ਉਹ ਪਿਸਟਲ ਚਾਹੀਦਾ ਜਿਹਨਾਂ ਗੋਲੀਆਂ ਚੱਲੀਆਂ, ਬਾਕੀ ਰਸੀਦ ਦਿਓ ਸਾਨੂੰ ਵੀ ਕਿੱਥੇ ਰਜਿਸਟਰ ਕੀਤੇ ਪਏ ਆ, ਇਹ ਫਾਰਾ ਹੀ ਦਿਓ। ਸਰਕਾਰ ਇਸ ਕਰਕੇ ਨਹੀਂ ਕੀਤਾ ਜਾ ਰਿਹਾ ਹੈ ਕਿ ਆਪਾਂ ਨੂੰ ਅੱਜ ਤੱਕ ਕੋਈ ਨਿਆਂ ਨਹੀਂ ਮਿਲਿਆ। ਮੀਨਸ ਜਿਵੇਂ ਕਿ ਜਿਵੇਂ ਅਸਲਾ ਸੀਗਾ ਉਹਦਾ ਮੁੰਡੇ ਦੇ ਪਿਓ ਦਾ ਸੀਗਾ, ਠੀਕ ਹੈ ਜੀ, ਉਹ ਹਜੇ ਤਾਈਂ ਨਾ ਕੋਈ ਮਿਲਦੇ ਅਸਲਾ ਫੜਿਆ ਅਤੇ ਨਾ ਹੀ ਮੁੰਡੇ ਦਾ ਪਿਓ ਅਰੈਸਟ ਕੀਤਾ ਗਿਆ। ਜਿੰਦਰ ਉਹ ਦੋਵੇਂ ਪਿਓ ਪੁੱਤ ਅਰੈਸਟ ਵੀ ਕੀਤੇ ਜਾਂਦੇ ਸੀ, ਸੰਸਕਾਰ ਨਹੀਂ ਕਰਨਾ। ਦੂਜੀ ਗੱਲ ਇਹ ਕਹਿਣਾ ਚਾਹੂੰਗੀ, ਪੁਲਿਸ ਵਾਲੇ ਚਲੋ ਬੱਚਿਆਂ ਕੋਲ ਜੋ ਸੀਗਾ ਕੁਛ ਪਰਸ ਵਗੈਰਾ ਜਾਂ ਕੁਛ ਵੀ ਮੋਬਾਈਲ ਉਹ ਫੜ ਲੈਣ, ਫੜ ਲਓ। ਹੁਣ ਘਰ ਹੀ ਫੋਨ ਹੈ ਜਿਹੜਾ ਉਹਦਾ, ਉਹ ਵੀ ਮੈਥੋਂ ਖੋ ਕੇ ਲੈ ਗਿਆ, ਮੈਨੂੰ ਇਹਦਾ ਮਸਲੇ ਦਾ ਨਹੀਂ ਪਤਾ ਲੱਗਿਆ। ਮੇਰਾ ਫੋਨ ਮੈਨੂੰ ਵਾਪਸ ਚਾਹੀਦਾ, ਪੁਲਿਸ ਵਾਲੇ ਫੜ ਕੇ ਲੈ ਲਓ। ਨਾਮ ਵਗੈਰਾ ਕੁਛ, ਨਾਮ ਵਗੈਰਾ ਤਾਂ ਮੈਨੂੰ ਹੁਣ ਇੰਨਾ ਟੈਨਸ਼ਨ ਦੇ ਵਿੱਚ ਨਹੀਂ ਸ਼ੋਕ ਪਤਾ ਲੱਗਦਾ ਗਾ, ਪਰ ਮੇਰਾ ਫੋਨ ਲੈ ਗਈ ਹੈ, ਕਹਿੰਦੇ ਮੈਨੂੰ ਫੋਨ ਦਿਖਾ ਤਾਂ ਮੁੜ ਕੇ ਦੇ। ਮੰਗ ਇਹੀ, ਸਾਨੂੰ ਨਿਆਂ ਚਾਹੀਦਾ, ਜਿਵੇਂ ਮੇਰੇ ਦੋ ਬੱਚੇ ਤੜਫਦੇ ਮਰ ਗਏ ਅਨਿਆਈ ਮੌਤ, ਸਾਨੂੰ ਉਵੇਂ ਹੀ ਚਾਹੀਦਾ ਵੀ ਮੌਤ ਤੇ ਮੇਰੀ ਮੌਤ ਹੀ ਚਾਹੀਦੀ, ਸਖਤ ਦੋਵੇਂ ਪਿਓ ਪੁੱਤਾਂ ਦੀ ਚਾਹੀਦੀ ਸਾਨੂੰ ਬਸ, ਅਤੇ ਸਾਨੂੰ ਸਜ਼ਾ ਚਾਹੀਦੀ ਉਹਨਾਂ ਲਈ, ਫਾਂਸੀ ਦੀ ਸਜ਼ਾ ਹੋਣੀ ਚਾਹੀਦੀ। ਮੈਨੂੰ ਪਤਾ ਮੇਰੇ ਬੱਚੇ ਕਿਵੇਂ ਤੜਫ ਤੜਫ ਕੇ ਮਰੇ ਆ, ਇੱਕ ਘੰਟੇ ਦਾ ਬੱਚਾ ਮਾਸੂਮ ਨਹੀਂ ਸਹਿਣ ਹੋ ਸਕਦਾ ਗਾ, ਅਤੇ ਮੇਰੇ ਬੱਚੇ ਪਾਲ ਪਲੋਸ ਕੇ ਕਿਵੇਂ ਗਰੀਬੀ ਦਾਅਵੇ ਦੇ ਵਿੱਚ ਮੈਂ ਪਾਲੇ ਆ, ਕਿਵੇਂ ਪੜ੍ਹਾਏ ਆ ਲਿਖਾਏ, ਉਹ ਮੈਨੂੰ ਪੁੱਛ ਸਕਦਾ, ਮੇਰੇ ਦਿਲ ਨੂੰ ਪੁੱਛ ਸਕਦਾ ਕੋਈ ਬੰਦਾ, ਹੋਰ ਕੋਈ ਨਹੀਂ ਕਿਸੇ ਨੂੰ ਫੀਲ ਹੀ ਨਹੀਂ ਹੋ ਸਕਦਾ। ਨਹੀਂ ਅੱਜ ਮੇਰੀ ਬੱਚੀ ਆ ਗਰੀਬ ਦੀ, ਕਿਸੇ ਹੋਰ ਦੀ ਬੱਚੀ ਹੋ ਸਕਦੀ, ਉਹਦੇ ਨਾਲ ਵੀ ਹੋ ਸਕਦੀ। ਜੇ ਅੱਜ ਇਹਨਾਂ ਨੂੰ ਨਿਆਂ ਨਾ ਮਿਲਿਆ ਬੱਚੇ ਨੂੰ, ਕੱਲ੍ਹ ਨੂੰ ਹੋਰ ਵੀ ਕੁਛ ਕਰ ਲੈਣਗੇ, ਹੋਰ ਦੀ ਬੇਟੀ ਦੇ ਨਾਲ ਵੀ ਇਹ ਕੁਛ ਕਰਨਗੇ ਉਹ, ਠੀਕ ਹੈ। ਅਸੀਂ ਇਸ ਤਰ੍ਹਾਂ ਰਿਕੁਐਸਟ ਕਰ ਸਕਦੇ ਹਾਂ, ਅਸੀਂ ਤੁਹਾਡਾ ਸਾਥ ਅਤੇ ਮੇਰੇ ਪਿੰਡ ਵਾਲਿਆਂ ਦਾ, ਮੇਰੀ ਜਨਤਾ ਦਾ ਸਾਥ ਚਾਹੁੰਦੇ ਹਾਂ। ਇਹ ਸਾਥ ਹੀ ਸਾਡਾ ਪਾਵਰ ਬਣ ਸਕਦੀ ਹੈ। ਹੋਰ ਸਾਡੇ ਕੋਲ ਕਿ ਅਸੀਂ 100 ਕਿੱਲੇ ਦੇ ਮਾਲਕ ਨਹੀਂ, ਸਾਡੇ ਕੋਲ ਕੋਈ ਪਹੁੰਚ ਨਹੀਂ ਹੈਗੀ, ਸਾਡੀ ਜਨਤਾ ਦੀ ਪਹੁੰਚ ਹੈ। ਇਹ ਰਿਕੁਐਸਟ ਹੈ ਕਿ ਸਾਡੇ ਸਾਰੇ ਜਣੇ ਸਾਥ ਦਿਓ, ਸਾਨੂੰ ਨਿਆਂ ਦਵਾਓ। ਸਾਡੇ ਕੋਲ ਹੋਰ ਪਾਵਰ ਨਹੀਂ, ਜਿਵੇਂ ਕੋਈ 100 ਕਿੱਲੇ ਦਾ ਪੈਲੀ ਦੇ ਮਾਲਕ ਨਹੀਂ, ਉਹ ਜਿਵੇਂ ਕਰਨਗੇ ਪੈਸੇ ਪੂਸੇ, ਸਾਡੇ ਕੋਲ ਕੁਛ ਨਹੀਂ, ਸਾਨੂੰ ਤੁਹਾਡਾ ਸਾਥ ਸਪੋਰਟ ਚਾਹੀਦੀ ਹੈ। ਦੂਸਰੇ ਪਾਸੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਵੱਲੋਂ ਵੀ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਸਰਪੰਚ ਦੇ ਮੁੰਡੇ ਵੱਲੋਂ ਜਿਹੜਾ ਕਤਲ ਕੀਤਾ ਗਿਆ ਔਰਤਾਂ ਲੜਕੀਆਂ ਦਾ, ਇਹ ਪਰਿਵਾਰ ਆ ਜਿਹੜਾ ਬਿਲਕੁਲ ਗਰੀਬ ਆ, ਦਲਿਤ ਲੜਕੀਆਂ ਹੈਗਾ, ਇਹਦੇ ਵਿੱਚ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਨਲਾਇਕੀ ਦਿਖਾਈ ਆ। ਪਹਿਲਾਂ ਤਾਂ ਜਿਹੜੇ ਅਸਲੇ ਦੇ ਨਾਲ ਆ ਜਿਹੜਾ ਉਹ ਕਤਲ ਕੀਤਾ ਗਿਆ, ਉਹ ਅਸਲਾ ਨਹੀਂ ਬਰਾਮਦ ਕੀਤਾ ਗਿਆ ਸੀਗਾ। ਫਿਰ ਜਦੋਂ ਲੋਕਾਂ ਦਾ ਪ੍ਰੈਸ਼ਰ ਪਿਆ ਤਾਂ ਪਰਿਵਾਰ ਜਿਹੜੇ ਨੇ ਕਤਲ ਕੀਤਾ ਸੀ ਉਹਨੂੰ ਵੀ ਜਿਹੜਾ ਗ੍ਰਿਫਤਾਰ ਕਰ ਲਿਆ, ਹੁਣ ਪਿਓ ਨੂੰ ਵੀ ਗ੍ਰਿਫਤਾਰ ਕਰ ਲਿਆ। ਅਸੀਂ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ, ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਜਿਹੜੀ ਸਜ਼ਾ ਮਿਲਣੀ ਚਾਹੀਦੀ ਆ। 302 ਦੇ ਤਹਿਤ ਵੈਸੇ ਵੱਖ ਵੱਖ ਧਰਾਵਾਂ ਦੇ ਤਹਿਤ ਪੁਲਿਸ ਨੇ ਕਿਹਾ ਕਿ ਅਸੀਂ ਮੁਕੱਦਮਾ ਦਰਜ ਕਰ ਲਿਆ, ਪਰ ਉਹਦੇ 'ਚ ਅਸੀਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ। ਦੂਸਰਾ, SC ST ਦੇ ਤਹਿਤ ਪਰਚਾ ਦਰਜ ਹੋਣਾ ਚਾਹੀਦਾ। ਤੀਸਰਾ ਇਹ ਕਿ ਪਰਿਵਾਰ ਨੂੰ ਇੱਕ ਜਿਹਨੂੰ ਆ ਜਿਹੜੀ ਸਰਕਾਰੀ ਨੌਕਰੀ 'ਤੇ 50 ਲੱਖ ਰੁਪਈਆ ਜਿਹੜਾ ਅਸੀਂ ਐਲਾਨ ਕੀਤਾ ਕਿ ਅਸੀਂ ਲੈ ਕੇ ਰਹਾਂਗੇ, ਅਸੀਂ ਅਜੇ ਤਾਂ ਸੰਸਕਾਰ ਨਹੀਂ ਬੱਚਿਆਂ ਦਾ ਕੀਤਾ, ਭੈਣਾਂ ਦਾ ਕੀਤਾ ਗਾ। ਜਿੰਨਾ ਸਮਾਂ ਸਾਡੀਆਂ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਗਾ, ਅਸੀਂ ਸੰਸਕਾਰ ਲੜਕੀਆਂ ਦਾ, ਭੈਣਾਂ ਦਾ, ਸਾਡੀਆਂ ਦਾ ਨਹੀਂ ਕਰਾਂਗੇ। ਇਸ ਮੌਕੇ ਪ੍ਰਸ਼ਾਸਨ ਵੱਲੋਂ ਆਏ ਸੀਨੀਅਰ ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਕਾਨੂੰਨ ਅਨੁਸਾਰ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਜੇਕਰ ਫਿਰ ਵੀ ਪਰਿਵਾਰ ਦੀ ਕੋਈ ਗੁਹਾਰ ਹੈ ਤਾਂ ਉਹ ਵੀ ਸਰਕਾਰ ਕੋਲ ਪਹੁੰਚਾਈ ਜਾਵੇਗੀ। ਪੁਲਿਸ ਨੇ ਬੜੀ ਮੁਸਤੈਦੀ ਨਾਲ ਕੁਛ ਹੀ ਘੰਟਿਆਂ ਦੇ ਵਿੱਚ ਕਾਤਲ ਨੂੰ ਪਕੜ ਲਿਆ ਅਤੇ ਅਸਲਾ ਵੀ ਬਰਾਮਦ ਕਰ ਲਿਆ। ਬਾਕੀ ਜਿਹੜੇ ਅਸੀਂ, ਮੈਂ, DSP ਸਾਹਿਬ, ਸਾਡੇ SHO ਸਾਹਿਬ, ਨੈਬ ਸੀਲਦਾਰ ਸਾਹਿਬ ਬੈਠੇ ਨੇ, ਬਾਕੀ ਪਰਿਵਾਰ ਦੇ ਫਾਦਰ, ਲੜਕੀ ਦੇ ਪਿਤਾ, ਲੜਕੀਆਂ ਦੇ ਪਿਤਾ ਨਾਲ ਮੈਂ ਗੱਲ ਕੀਤੀ ਹੈ ਕਿ ਹੁਣੇ ਉਹਨਾਂ, ਇੱਕ ਤਾਂ ਐਟਰੋਸਿਟੀ ਐਕਟ ਦੇ ਤਹਿਤ ਜਿਹੜਾ 8.25 ਲੱਖ ਰੁਪਇਆ ਮਿਲਣਾ ਹੁੰਦਾ ਨਿਯਮਾਂ ਤਹਿਤ, ਅਤੇ ਕੁਛ ਪੈਸੇ ਸੰਸਕਾਰ ਤੋਂ ਬਾਅਦ ਮਿਲਦੇ ਆ, ਕੁਛ ਅੱਗੇ ਪ੍ਰੋਸੀਡਿੰਗ ਦੇ ਤਹਿਤ ਮਿਲਦੇ ਆ, ਉਹ ਉਹਨਾਂ ਨੂੰ ਸਮਝਾਇਆ ਹੋਇਆ ਕਿ ਉਹ ਮਿਲਣਗੇ। ਅਤੇ ਪਰਿਵਾਰ ਦੀ ਮੰਗ ਹੈ ਕਿ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ, ਅਤੇ ਕੁਛ ਪੈਸਿਆਂ ਦੀ ਡਿਮਾਂਡ ਕਰ ਰਿਹਾ ਕਿ ਸਾਨੂੰ ਆਰਥਿਕ ਮਦਦ ਵੀ ਕੀਤੀ ਜਾਵੇ। ਸੋ ਜੋ ਕਾਨੂੰਨ ਤਹਿਤ ਅਸੀਂ ਕਰ ਸਕਦੇ ਹਾਂ
ਉਹਦਾ ਅਸੀਂ ਪਾਬੰਦ ਹੈ, ਉਹ ਇਹ ਡਿਮਾਂਡ ਨਾ ਵੀ ਕਰਨ ਅਸੀਂ ਤਾਂ ਵੀ ਦੇਣਾ ਹੀ ਹੈ। ਉਹ ਤਾਂ ਕਾਨੂੰਨ ਲਾਗੂ ਕਰਨਾ ਹੀ ਹੈ, ਐਟਰੋਸਿਟੀ ਐਕਟ ਵਾਲਾ ਅਤੇ ਬਾਕੀ ਚੀਜ਼ਾਂ, ਅਤੇ ਜੋ ਹੋਰ ਕੋਈ ਮੰਗ ਹੋਏਗੀ ਸਰਕਾਰ ਤੋਂ ਤਾਂ ਅਸੀਂ ਉਹ ਸਰਕਾਰ ਤਾਂ ਹੀ ਇਹਨਾਂ ਦੀ ਪੁੱਛਦੀ ਕਰਾਂਗੇ। ਦੇਖੋ ਇਹ ਪੁਲਿਸ ਦਾ ਕੰਮ ਹੈ ਜੀ, ਔਰ ਵੈਸੇ ਜੇ ਇਹਦੇ ਵਿੱਚ ਓਬਵੀਅਸਲੀ ਜਿਹੜੇ ਬੰਦੇ ਦੇ ਨਾਂ 'ਤੇ ਰਿਵਾਲਵਰ ਹੈ ਪਰ ਬੰਦਾ ਉਹਦਾ ਮੁੰਡਾ ਉਸਦੇ ਨਾਲ ਗੋਲੀਆਂ ਚਲਾ ਰਿਹਾ ਔਰ ਉਹਦੇ ਨਾਲ ਕਤਲ ਕਰ ਰਿਹਾ ਤਾਂ ਉਹਦਾ ਇਨਕੁਆਇਰੀ ਦਾ ਪਾਰਟ ਤਾਂ ਬਣੇਗਾ ਹੀ, ਔਰ ਉਹਦੀ ਅਰੈਸਟ ਹੁੰਦੀ ਹੈ, ਉਹਨੂੰ ਸਜ਼ਾ ਹੁੰਦੀ ਹੈ, ਕੀ ਹੁੰਦਾ ਇਹ ਪੁਲਿਸ ਡਿਪਾਰਟਮੈਂਟ ਦਾ ਕੰਮ ਹੈ। ਔਰ ਇਹਦੀ ਵੀ ਮੰਗ ਉੱਠੀ ਹੈ ਕਿ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਲੜਕੀ ਦੇ ਫਾਦਰ ਨੂੰ, ਅਤੇ ਨਿਯਮਾਂ ਤਹਿਤ ਜੋ ਕਾਰਵਾਈ ਕਰਨੀ ਬਣਦੀ ਹੈ ਪੁਲਿਸ ਵਿਭਾਗ ਜ਼ਰੂਰ ਕਰੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਔਰਤ ਦੇ ਮਰਦ ਹੋਣ ਦੇ ਸਮੇਂ 'ਚ ਕੋਈ ਫਰਕ ਨਹੀਂ ਹੈ, ਪਰ ਜਦੋਂ ਅਜਿਹੇ ਮਾਮਲੇ ਸਾਹਮਣੇ ਆ ਜਾਣ ਤਾਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਜ਼ਰੂਰ ਬਣਦੀ ਹੈ। ਹਕੀਕਤ ਟੀਵੀ ਪੰਜਾਬੀ ਦੇ ਲਈ ਮੋਗਾ ਤੋਂ ਮੁਨੀਸ਼ ਚਿੰਦਲ ਦੀ ਰਿਪੋਰਟ।